ਪਹਿਲੀ ਪੰਚਾਇਤ ਹੈ ਜਿਹਨੇ ਸਾਰਾ ਹਿਸਾਬ ਕਿਤਾਬ ਤੁਹਾਨੂੰ ਦੱਸਤਾ ਵੀ ਸੀ ਕਿੱਥੇ ਕਿੱਥੇ ਲਗਾਇਆ। ਕਿਤੇ ਤੁਸੀਂ ਆਰਟੀਜਨ ਨੂੰ ਮਹੀਨੇ ਬਾਅਦ ਸਾਡੇ ਸੈਕਟਰੀ ਨੂੰ ਦਿੰਦੇ ਹੈ ਕਿ ਹੋਰ ਹੈ, ਸਾਡੇ ਕੋਲ ਅਨੇਕਾਂ ਇਨਕੁਆਇਰੀਆਂ ਆਉਂਦੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਸਰਪੰਚ ਨੂੰ ਪੁੱਛਦੇ ਹਾਂ ਵੀ ਆਹ ਪੈਸਾ ਕਿੱਥੇ ਲੱਗਿਆ, ਨਾ ਤਾਂ ਪਿੰਡਾਂ ਨੂੰ ਪਤਾ ਹੁੰਦਾ ਕਿੱਥੇ ਲੱਗਿਆ, ਕਈ ਸਰਪੰਚਾਂ ਨੂੰ ਵੀ ਨਹੀਂ ਪਤਾ ਹੁੰਦਾ, ਵਿਚਾਰੇ ਹੁੰਦੇ ਆ ਨਹੀਂ ਅਨਪੜ੍ਹ ਹੁੰਦੇ ਹੈਗੇ, ਉਹਨਾਂ ਨੂੰ ਪਤਾ ਨਹੀਂ ਦਿੱਕਤ ਆਉਂਦੀਆਂ ਹੈਗੀਆਂ। ਹੁਣ ਅਸੀਂ ਪ੍ਰਸ਼ਾਸਨ ਵੱਲੋਂ ਵੀ ਪੰਚਾਇਤ ਵੱਲੋਂ ਕੋਈ ਵੀ ਸਾਡੀ ਪੰਚਾਇਤ ਦਾ ਰਿਕਾਰਡ ਦੇਖਣਾ ਚਾਹੁੰਦਾ ਅਸੀਂ ਸੱਚ ਪੈ ਕੇ ਦਿਖਾ ਦਾਂਗੇ ਰਿਕਾਰਡ, ਠੀਕ ਹੈ। ਬਾਕੀ ਜਿਹੜੀਆਂ ਤੁਹਾਡੀਆਂ ਡਿਮਾਂਡਸ ਹੈਗੀਆਂ ਸਾਡਾ ਰੁੜਦੀ ਹੈ, ਇਹ ਵੱਡੀ ਮੰਗ ਹੈਗੀ ਆ, ਜੈਨੂਅਨ ਮੰਗ ਹੈ ਤੁਹਾਡੀ, ਇਹ ਮੈਂ ਜਲਦੀ ਤੋਂ ਜਲਦੀ ਅਸੀਂ ਪ੍ਰਸ਼ਾਸਨ ਜਲਦੀ ਤੋਂ ਜਲਦੀ ਪੂਰੀ ਕਰਾਂਗੇ, ਭਾਵੇਂ ਉੱਧਰ ਪੰਚਾਇਤ ਦੀ ਮੰਜ਼ਿਲ ਜਾਣੀ ਪਵੇ, ਸਾਡਾ ਰੁੜੀ ਸਾਨੂੰ ਕਿਤੇ ਨਾ ਕਿਤੇ ਯੋਗ ਜਗ੍ਹਾ ਲੱਭ ਕੇ ਅਸੀਂ ਤੁਹਾਨੂੰ ਦੇਵਾਂਗੇ, ਜਿਹੜਾ ਕੰਮ ਕਹਿ ਕੇ ਜਾਵਾਂਗੇ ਠੋਕ ਕੇ ਕਰਾਂਗੇ, ਤਾਂ ਕਿ ਜਦੋਂ ਤੁਹਾਡੀ ਕਚਹਿਰੀ ਅਸੀਂ ਆਈਏ ਉਦੋਂ ਕਹੀਏ ਵੀ ਹਾਂ ਠੀਕ ਹੈ। ਹਾਂ ਸਟੇਡੀਅਮ ਵਾਲਾ ਜਿਹੜਾ ਸਟੇਡੀਅਮ ਵਾਲਾ ਸਾਨੂੰ ਪੰਚਾਇਤ ਜਗ੍ਹਾ ਲੱਭੀ ਚੱਲਦੀ, ਅਸੀਂ ਇਹਨੂੰ ਮਨਰੇਗਾ 'ਚ ਪਾਸ ਕਰਵਾ ਦਿੰਦੇ ਹਾਂ, ਸਟੇਡੀਅਮ ਜਗ੍ਹਾ ਸਾਨੂੰ ਦੇ ਦਿਓ ਜੀ, ਵਾਟਰ ਬਾਕਸ ਵਾਲੀ ਹੋਰ ਦੱਸੋ ਕਿਸੇ ਨੂੰ, ਇੱਕ ਮਿੰਟ ਕਰਦੇ ਕਰਦੇ ਪਹਿਲਾਂ ਇਹਨਾਂ ਦੀ ਗੱਲ ਤਾਂ ਦੱਸ ਦੀ, ਪਹਿਲਾਂ ਵਾਰੀ ਵਾਰੀ ਗੱਲ ਤਾਂ ਦੱਸਦੀ ਨਾ, ਅਸੀਂ ਸੱਚ ਚ ਬਹਿ ਕੇ ਜਿਹੜੀਆਂ ਤੁਹਾਡੀਆਂ ਦੁੱਖ ਤਕਲੀਫਾਂ ਸੁਣੀਆਂ ਜਾਣ ਔਰ ਕਰਿਆ ਜਾਵੇ ਕੰਮ, ਦੱਸਦਾ ਕੋਈ ਹੈ ਨੀ ਗਾ। ਹੁਣ ਜਿਹੜੇ ਕੋਈ ਦਿਨਾਂ ਤਾਂ ਦਫ਼ਤਰ ਕੋਈ ਕੋਠੀ ਆਉਂਦਾ ਤੇ ਅਸੀਂ ਚਾਹੁੰਦੇ ਹਾਂ ਵੀ 15 ਦਿਨਾਂ ਬਾਅਦ ਤੁਹਾਡੇ ਵਿਹੜਿਆਂ 'ਚ ਬਹਿ ਕੇ ਮੁਹੱਲਿਆਂ ਦੇ ਵਿੱਚ ਬਹਿ ਕੇ, ਜਿਵੇਂ ਬੀਬੀ ਭੱਠਲ ਚਾਹੁੰਦੇ ਆ, ਰਾਹੁਲ ਸਿੱਧੂ ਚਾਹੁੰਦੇ ਆ, ਵੀ ਅਸੀਂ ਤੁਹਾਡੀਆਂ ਦੁੱਖ ਤਕਲੀਫਾਂ ਸੁਣੀਆਂ ਔਰ ਜਿਹੜੇ ਤੁਹਾਡੇ ਕੰਮ ਹੋਣ ਵਾਲੇ ਅਧੂਰੇ, ਉਹ ਦੱਸਿਆ ਉਹਦੀ ਬਾਰਡਰ ਬਕਸ ਵਾਲੀ ਦੱਸਿਆ ਜਿਹੜਾ ਸਾਰਾ ਸਮਾਨ ਬਾਰਡਰ ਬਕਸ ਵਾਲੇ, ਮੇਰੀ ਗੱਲ ਸੁਣੋ, ਅਸੀਂ ਬੀਬੀ ਭੱਠਲ ਨੇ 65 ਲੱਖ ਰੁਪਏ ਨਾਲ ਲੈ ਕੇ ਸਾਰਾ ਜਿਹੜਾ ਹੈਗਾ ਇੱਥੇ ਤੁਹਾਡਾ ਅੜਕਵਾਸ ਹੈ ਕੰਮ ਚਲਾ ਤਾ, ਤੁਹਾਡੇ ਮਤਾ ਪਾਉਣ ਵਾਲੇ ਅੱਧੇ ਕੀ ਕਰਦੇ ਨੇ। ਹੁਣ ਬਾਰਡਰ ਬਕਸ ਵਾਲੀਆਂ ਗੱਲਾਂ ਸੁਣ ਲਓ, ਕਈ ਪਿੰਡਾਂ 'ਚ ਜਿਹੜੀਆਂ ਹੈਗੇ ਨੇ ਸਬਜ਼ੀਆਂ ਰਮੀ ਜਾਂਦੀਆਂ ਨੇ, ਭੈਸਾਂ ਨਵਾਈ ਜਾਂਦਾ ਹੋਈ ਪਿੰਡ 4-4 ਨੇਗੇ, ਟੈਕਸ ਕੋਈ ਪਾਣੀ ਕੋਈ ਉਹ ਕਰਦਾ ਨਹੀਂ, ਕੋਈ ਹੁਣ ਪੰਚਾਇਤ ਅੱਜ ਤੋਂ 10-15 ਸਾਲ ਤੁਸੀਂ ਪਹਿਲਾਂ ਕਰਦੇ ਨਾ ਤਾਂ ਤੁਹਾਨੂੰ ਇਹ ਨਾ ਆਉਂਦੀ ਸੀ ਨਾ ਇਹ ਸਾਨੂੰ ਆਉਂਦਾ। ਭਾਜੀ 10 ਸਾਲ ਪਹਿਲਾਂ ਉਹਨਾਂ ਨੇ ਨਹੀਂ ਹੋਵੇ, ਉਹਨਾਂ ਦਾ ਕੰਮ ਸੀ ਸਾਡਾ ਕੰਮ ਹੈ ਜਦੋਂ ਹੁਣ ਮੈਂ ਬੀਡੀਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਜੀ, ਨਗਰ ਖੜਾ ਮੇਰਾ ਖਿਆਲ, ਮੈਂ ਪਿੰਡ ਦਾ ਮਲੀਨ ਧੰਦੇ ਦਾ ਕੰਮ ਕਰਦਾ ਸੀ, ਲਿਖਤੀ ਰੂਪ ਚ ਬਕਾਇਦਾ ਦਿੱਤਾ ਹੋਇਆ ਜੀ, ਹੱਡਾ ਰੋੜੀ ਚੋਰੀ ਤੋਂ ਡਾਰਾ ਚ ਲੈ ਕੇ ਗਿਆ ਜੀ, ਔਰ ਥਾਂ ਤਾਂ ਛੱਡਦਾ ਤਾਂ ਹੈ ਨੀ ਕੋਈ ਨੂੰ ਵੇਲਾ ਤਾਂ ਆ ਜਾਓ ਮੈਂ ਬਕਾਇਦਾ ਮਿਲਿਆ ਹੋਇਆ ਜੀ ਜਾਂ ਥੋੜਾ ਵੀ